मैं अरविंद केजरीवाल ईश्वर की शपथ लेता हूं कि मैं विधि द्वारा स्थापित भारत के संविधान के प्रति सच्ची श्रद्धा और निष्ठा रखूंगा। अरविंद केजरीवाल ने तीजी बार दिल्ली दे मुख्यमंत्री वजों हलफ लैण दरमियान छह कैबिनेट मंत्रियों नूं भी सहुं चुका दित्ती, पर दिल्ली दा सिख भाईचारा अपने आप नूं ठग्या महसूस कर रहा। केजरीवाल दी कैबिनेट विच कोई भी सिख चेहरा शामिल नहीं कीता गया, जदकि इस वार वड्डियां संभावनावां सन कि अरविंद केजरीवाल आखिरी सवार। पर एक पासे जिथे उम्मीदवारां दे ऐलान वेले सिख भाईचारे नूं अखों परोखे कीता गया, पिछली बार जेतू रहण दे बावजूद चार सिख विधायकां चों इस वार सिर्फ दो सिख चेहरियां उपर ही अरविंद केजरीवाल ने यकीन किया। पर की वो इस गलों बेखबर हन कि जदों वो दिल्ली दी सियासत विच पैर जमाउण दी जद्दोजहद कर रहा सी, तां उस वेले दिल्ली दे सिख वोटरां ने ना सिर्फ चार सिख विधायक जता के भेजे, बल्कि अरविंद केजरीवाल दे हक विच भरपूर वोटां पाईआं सन। जे इस वार भी सिख बहुल इलाकियां विच आम आदमी पार्टी वड्डे मार्जन नाल जेतू रही है, तां उस पिछे सिख वोट बैंक दा आम आदमी पार्टी वल उलार ही प्रमुख तौर ते जिम्मेवार है। पर इत्थे सवाल इह उठदा है कि दिल्ली दे सिख वोटरां ਨੂੰ ਆਖਿਰ ਮਿਲਿਆ ਕਿ ਅਰਵਿੰਦ ਕੇਜਰੀਵਾਲ ਦਾ ਇਹ ਫੈਸਲਾ ਉਸ ਵੱਡੇ ਸਿੱਖ ਵੋਟ ਬੈਂਕ ਨੂੰ ਪਿੱਠ ਵਿਖਾਉਣ ਵਾਲਾ ਨਹੀਂ, ਜੋ ਤਮਾਮ ਪੰਥਕ ਅਪੀਲਾਂ ਨੂੰ ਦਰਕਿਨਾਰ ਕਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤੇ। ਤਿਲਕ ਨਗਰ ਤੋਂ ਜਰਨੈਲ ਸਿੰਘ ਅਤੇ ਚਾਂਦਨੀ ਚੌਂਕ ਤੋਂ ਪ੍ਰਹਲਾਦ ਸਿੰਘ ਸਾਹਨੀ ਨੂੰ ਵੱਡੇ ਫਰਕ ਨਾਲ ਜਿਤਾਇਆ। ਹਰੀਨਗਰ ਵਰਗਾ ਸਿੱਖ ਬਹੁਲ ਹਲਕਾ ਜਿੱਥੇ ਸਿੱਖ ਵੋਟ ਬੈਂਕ ਤਖ਼ਤਾ ਪਲਟਣ ਦੀ ਹੈਸੀਅਤ ਵਿੱਚ ਹੈ, ਉੱਥੇ ਬੀਜੇਪੀ ਵੱਲੋਂ ਅੱਗੇ ਕੀਤੇ ਸਿੱਖ ਚਿਹਰੇ ਨੂੰ ਨਕਾਰ ਮੋਹਰ ਆਮ ਆਦਮੀ ਪਾਰਟੀ ਵੱਲੋਂ ਸਿੱਖ ਚਿਹਰੇ ਨੂੰ ਨਕਾਰ ਲਿਆਂਦੀ ਇੱਕ ਗੈਰ ਸਿੱਖ ਉਮੀਦਵਾਰ ਉੱਪਰ ਲਾਈ, ਤਾਂ ਸਿੱਖ ਵੋਟਰਾਂ ਦੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣ ਤੋਂ ਅੰਦਾਜ਼ਾ ਇਸ ਗੱਲੋਂ ਵੀ ਲਾਇਆ ਜਾ ਸਕਦਾ ਹੈ ਕਿ ਭਾਜਪਾ ਨੇ ਜਿਹੜੇ ਚਾਰ ਸਿੱਖ ਚਿਹਰੇ ਚੋਣਾਂ ਵਿੱਚ ਖੜੇ ਕੀਤੇ, ਇਨ੍ਹਾਂ ਵਿੱਚ ਤਿੰਨ ਹਲਕੇ ਅਜਿਹੇ ਸਨ ਜਿੱਥੇ 20% ਤੋਂ ਵਧੇਰੇ ਸਿੱਖ ਵੋਟਰ ਹਨ। ਬੀਜੇਪੀ ਦੀ ਬਾਜੀ ਪੁੱਠੀ ਪਈ ਅਤੇ ਇਨ੍ਹਾਂ ਚਾਰ ਹਲਕਿਆਂ ਵਿੱਚ ਭਾਜਪਾ ਦੇ ਸਿੱਖ ਭਾਈਚਾਰੇ ਦੇ ਉਮੀਦਵਾਰ ਬੁਰੀ ਤਰ੍ਹਾਂ ਹਾਰੇ, ਤਾਂ ਇਸ ਪਿੱਛੇ ਸਿੱਖ ਵੋਟਰਾਂ ਦੀ ਇਕਜੁੱਟਤਾ ਜ਼ਿੰਮੇਵਾਰ ਹੈ ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤੀ। ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਸਿੱਖ ਵੋਟਰਾਂ ਨੂੰ ਅਰਵਿੰਦ ਕੇਜਰੀਵਾਲ ਇੱਕ ਆਧਾਰ ਉੱਪਰ ਅਣਗੌਲਿਆਂ ਕਰ ਰਹੇ ਹਨ। ਪਰ ਇੱਥੇ ਸਵਾਲ ਇਹ ਉੱਠਦਾ ਹੈ ਕਿ ਸਿੱਖ ਵੋਟਰਾਂ ਨੂੰ ਅਰਵਿੰਦ ਕੇਜਰੀਵਾਲ ਆਖਿਰ ਕਿਸ ਆਧਾਰ ਉੱਪਰ ਅਣਗੌਲਿਆਂ ਕਰ ਰਹੇ ਨੇ। ਪਿਛਲੀ ਵਾਰ ਚਾਰ ਚਾਰ ਵਿਧਾਇਕ ਹੋਣ ਦੇ ਬਾਵਜੂਦ ਇੱਕ ਵੀ ਸਿੱਖ ਚਿਹਰਾ ਕੈਬਨਿਟ ਵਿੱਚ ਸ਼ਾਮਿਲ ਨਾ ਕਰਨ ਦਾ ਫੈਸਲਾ ਪੂਰਾ 5 ਸਾਲ ਰਟਕਦਾ ਰਿਹਾ ਸੀ, ਪਰ ਇਸ ਵਾਰ ਉਮੀਦ ਸੀ ਕਿ ਜੇ ਇੱਕ ਵਾਰ ਉਮੀਦਵਾਰ ਐਲਾਨਣ ਵੇਲੇ ਕੋਈ ਗਲਫਤ ਹੋ ਗਈ ਹੈ ਤਾਂ ਉਹ ਸਿੱਖ ਭਾਈਚਾਰੇ ਨੂੰ ਕੈਬਨਿਟ ਵਿੱਚ ਥਾਂ ਦੇ ਕੇ ਸੁਧਾਰੀ ਜਾ ਸਕਦੀ ਹੈ। ਨਾਲ ਹੀ ਪੰਜਾਬ ਵਿੱਚ ਪੈਰ ਪਸਾਰ ਰਹੀ ਪਾਰਟੀ ਲਈ ਕਿਸੇ ਵੀ ਸਿੱਖ ਚਿਹਰੇ ਨੂੰ ਕੈਬਨਿਟ ਵਿੱਚ ਥਾਂ ਦੇਣ ਨਾਲ ਇੱਕ ਸਕਾਰਾਤਮਕ ਸੁਣਿਆ ਜਾਣਾ ਸੀ, ਜੋ 2022 ਵਿੱਚ ਆਮ ਆਦਮੀ ਪਾਰਟੀ ਲਈ ਸਾਰਥਕ ਰਹਿੰਦਾ, ਕਿਉਂਕਿ ਆਮ ਆਦਮੀ ਪਾਰਟੀ ਨੂੰ ਉੱਥੋਂ ਵੱਡੀਆਂ ਸੰਭਾਵਨਾਵਾਂ ਹਨ। ਜੇ ਦਿੱਲੀ ਦੇ ਸਿਆਸੀ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਿਛਲੇ 2-3 ਦਹਾਕਿਆਂ ਤੋਂ ਅਰਵਿੰਦ ਕੇਜਰੀਵਾਲ ਹੀ ਵਾਹਿਦ ਅਜਿਹੇ ਮੁੱਖ ਮੰਤਰੀ ਹਨ ਜਿਸ ਦੀ ਕੈਬਨਿਟ ਵਿੱਚ ਕੋਈ ਸਿੱਖ ਚਿਹਰਾ ਸ਼ਾਮਿਲ ਨਾ ਹੋਵੇ। ਨਹੀਂ ਤਾਂ 90 ਦੇ ਦਹਾਕੇ ਵਿੱਚ ਬੀਜੇਪੀ ਦੇ ਮਦਨ ਲਾਲ ਖੁਰਾਣਾ ਵੇਲੇ ਹਰਸ਼ਰਨ ਸਿੰਘ ਬਾਲੀ ਅਤੇ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਸਰਕਾਰ ਵੇਲੇ ਅਰਵਿੰਦਰ ਸਿੰਘ ਲਵਲੀ ਨਾ ਸਿਰਫ ਕੈਬਨਿਟ ਵਿੱਚ ਸ਼ਾਮਿਲ ਕੀਤੇ ਗਏ ਬਲਕਿ ਅਹਿਮ ਅਤੇ ਵਕਾਰੀ ਮੰਤਰਾਲਿਆਂ ਨਾਲ ਨਵਾਜੇ ਗਏ, ਤਾਂ ਫਿਰ ਕੀ ਸਮਝਿਆ ਜਾਵੇ ਕਿ ਅਰਵਿੰਦ ਕੇਜਰੀਵਾਲ ਇੱਕ ਵੱਡੇ ਭਾਈਚਾਰੇ ਦੀ ਅਣਦੇਖੀ ਆਖਿਰ ਕਿਉਂ ਕਰ ਰਹੇ ਹਨ? ਕਦੇ ਵੱਖਰੀ ਸਿਆਸਤ ਦਾ ਮਾਡਲ ਅਪਣਾਉਣ ਤੇ ਝੰਡਾ ਬਰਦਾਰ ਰਹੇ ਅਰਵਿੰਦ ਕੇਜਰੀਵਾਲ ਹੁਣ ਰਵਾਇਤੀ ਸਿਆਸੀ ਧਿਰਾਂ ਦੀਆਂ ਸਿਆਸੀ ਗਿਣਤੀਆਂ ਮਿਣਤੀਆਂ ਦੇ ਫਾਰਮੂਲੇ ਨੂੰ ਅਪਣਾਉਂਦਿਆਂ ਜਾਤੀਗਤ ਜੋੜ ਤੋੜ ਦੇ ਧਰੁਵੀਕਰਨ ਮੁਤਾਬਕ ਉਮੀਦਵਾਰ ਐਲਾਨ ਰਹੇ ਹਨ। ਪੰਜਾਬ ਵਿੱਚ ਸਿੱਖ ਤੋਂ ਲੈ ਕੇ ਦਲਿਤ ਕਾਰਡ ਖੇਡ ਚੁੱਕੇ ਹਨ, ਤਾਂ ਫਿਰ ਸਿੱਖ ਭਾਈਚਾਰੇ ਨੂੰ ਕਿਹੜੇ ਅਸੂਲਾਂ ਦੇ ਆਧਾਰ ਉੱਪਰ ਬਿਲਕੁਲ ਅਣਦੇਖਿਆ ਕਰ ਰਹੇ ਨੇ? ਅੱਜ ਇਹ ਸਵਾਲ ਅਰਵਿੰਦ ਕੇਜਰੀਵਾਲ ਤੋਂ ਹਰ ਸਿੱਖ ਨੂੰ ਪੁੱਛਣਾ ਬਣਦਾ ਹੈ, ਕਿਉਂਕਿ ਇੱਥੇ ਮਸਲਾ ਉਹਨਾਂ ਨੂੰ ਜਮਹੂਰੀ ਤਾਣੇ ਬਾਣੇ ਵਿੱਚੋਂ ਮਨਫੀ ਕਰਨ ਦਾ ਹੈ। ਉਹ ਬਤੌਰ ਇੱਕ ਅਹਿਮ ਭਾਈਚਾਰਾ ਨੁਮਾਇੰਦਗੀ ਦੇ ਹੱਕਦਾਰ ਹਨ, ਤਾਂ ਫਿਰ ਅਰਵਿੰਦ ਕੇਜਰੀਵਾਲ ਕਿਸ ਆਧਾਰ ਉੱਪਰ ਉਹਨਾਂ ਨੂੰ ਅਣਗੌਲਿਆਂ ਕਰ ਰਹੇ ਨੇ? ਸਿੱਖ ਭਾਈਚਾਰੇ ਨੂੰ ਕਿਸ ਆਧਾਰ ਤੇ ਅਣਦੇਖਿਆ ਕੀਤਾ ਜਾ ਰਿਹਾ? ਇਸ ਦਾ ਜਵਾਬ ਆਮ ਆਦਮੀ ਪਾਰਟੀ ਨੂੰ ਦੇਣਾ ਪੈਣਾ ਹੈ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੋਏ ਜਾਂ ਫਿਰ ਉਹ ਸਟੱਡੀ ਵੀਜ਼ਾ, ਕਿਸੇ ਵੀ ਕਾਰਨ ਤੋਂ, ਚਾਹੇ SOP ਜਾਂ ਫਿਰ ਤੁਹਾਡੀ ਕੋਰਸ ਦੀ ਸਿਲੈਕਸ਼ਨ ਗਲਤ ਹੋ ਗਈ ਹੈ, ਸੋ ਡੋਂਟ ਵਰੀ, ਵੀ ਹੈਵ ਬੈਸਟ ਡੈਡੀਕੇਟਿਡ ਕੈਨੇਡੀਅਨ ਟੀਮ ਫਰੋਮ ਕੈਨੇਡਾ ਜੋ ਕਿ ਤੁਹਾਨੂੰ 100% ਵੀਜ਼ਾ ਲਗਵਾਉਣ ਵਿੱਚ ਹੈਲਪ ਕਰੇਗੀ। ਦੇਰ ਇਜ਼ ਨੋ ਐਪਲੀਕੇਸ਼ਨ ਫੀ ਫਾਰ ਦਾ ਫਸਟ 100 ਸਟੂਡੈਂਟਸ ਹੂ ਆਰ ਅਪਲਾਈਂਗ ਇਨ ਦਾ ਮੰਥ ਆਫ ਜਨਵਰੀ ਐਂਡ ਫੈਬਰੀ। ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।